ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਬਲੌਕ ਕਿਹਾ ਜਾਂਦਾ ਹੈ ਵਿਆਹ ਦੋ ਪਹੀਆ ਵਾਂਗ ਹੁੰਦਾ ਹੈ ਯਾਨੀ ਦੋਹਾਂ ਨੂੰ ਕਦਮ ਦਰ ਕਦਮ ਇਕੱਠੇ ਚੱਲਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਵਿਵਹਤਾ ਜ਼ਿੰਦਗੀ ਲਈ ਤੇ ਬਣੀ ਰਹੇ ਭਾਵੇਂ ਹਰ ਕੁੜੀ ਚਾਹੁੰਦੀ ਹੈ ਕਿ ਉਸਦਾ ਪਤੀ ਬਹੁਤ ਦੇਖਭਾਲ ਕਰਨ ਵਾਲਾ ਹੋਵੇ ਪਰ ਅੱਜ ਸਾਡੇ ਸਮਾਜ ਵਿੱਚ ਜੇਕਰ ਪਤਨੀ ਪਤੀ ਦੀ ਸੇਵਾ ਕਰੇ ਤਾਂ ਬੜੀ ਸੱਚਜੀ ਤੇ ਸਿਆਣੀ ਸਮਝੀ ਜਾਂਦੀ ਹੈ ਪਰ ਜੇਕਰ ਪਤੀ ਪਤਨੀ ਦੀ ਸੇਵਾ ਕਰੇ ਤਾਂ ਉਸ ਨੂੰ ਜ਼ਰੂਰੀ ਦਾਸੀ ਕਿਹਾ ਜਾਂਦਾ ਹੈ ਅੱਜ ਅਜਿਹੀ ਲੋਕ ਅਜੇ ਹਨ ਜਿਹੜੇ ਪਤੀ ਨੂੰ ਵੱਖਰੀ ਨਜ਼ਰੀਏ ਨਾਲ ਦੇਖਦੇ ਹਨ ਘਰ ਵਾਲੇ ਨੂੰ ਵੱਖਰੀ ਨਜ਼ਰ ਦੇ ਨਜ਼ਰੀਏ ਨਾਲ ਦੇਖਦੇ ਨੇ ਕਹਿੰਦੇ ਨੇ ਵੀ ਹਾਂ ਬਸ ਜਿਹੜੀ ਕੁੜੀ ਹੈ ਜੋ ਘਰ ਵਾਲੀ ਹੈ ਉਹ ਹੀ ਕੰਮ ਕਰੇ ਉਹ ਨਹੀਂ ਭਾਵੇਂ ਪਤੀ ਨੂੰ ਇੱਕ ਉੱਚਾ ਦਰਜਾ ਦਿੱਤਾ ਹੋਇਆ ਆਓ ਜਾਣਦਿਆਂ ਉਹ ਪੁਰਸ਼ ਕੌਣ ਨੇ ਜੋ ਸਭ ਤੋਂ ਵਧੀਆ ਪਤੀ ਸਾਬਿਤ ਹੁੰਦੇ ਨੇ ਜੋ ਆਪਣੇ ਹਮਸਫਰ ਨਾਲ ਕੰਦੇ ਨਾਲ ਕੰਦਾ ਜੋੜ ਕੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਨੇ ਅਤੇ ਹਰ ਸੁੱਖ-ਦੁੱਖ ਵਿੱਚ ਉਹਨਾਂ ਦਾ ਸਾਥ ਦੇ ਦਿੰਦੇ ਨੇ ਕੁਝ ਲੋਕ ਇਹ ਮੰਨਦੇ ਨੇ ਕਿ ਇਹ ਨਾਵਾਂ ਵਾਲੇ ਜਾਂ ਇਹ ਜੋ ਮਨੁੱਖ ਨੇ ਜਾਂ ਇੰਨਾਂ ਦਾ ਜਿਵੇਂ ਦਾ ਐਵੇਂ ਦਾ ਸਭਾ ਹੈ ਉਹ ਇੱਕ ਚੰਗੇ પતિ ਸਾਬਿਤ ਹੁੰਦੇ ਨੇ ਆਮ ਕਰਕੇ ਆਪਣੇ ਸਮਾਜ ਵਿੱਚ ਕਈ ਥਾਵਾਂ ਤੇ ਇਸ ਨੂੰ ਜੋਰੂ ਨਾਮ ਦਾ ਜਾਂ ਗੁਲਾਮ ਨਾਮ ਕਹਿ ਕੇ ਕੀਤਾ ਜਾਂਦਾ ਪਰ ਅੱਜ ਦੇ ਸਮੇਂ ਵਿੱਚ ਇਹ પતિ ਪਤਨੀ ਦੇ ਰਿਸ਼ਤੇ ਨੂੰ ਬੜਾ ਮਜ਼ਬੂਤ ਤੇ ਪਿਆਰਾ ਬਣਾਉਂਦਾ ਇਹ ਹੁੰਦਾ ਵੀ ਪਿਆਰਾ ਜੇਕਰ ਆਪਸੀ ਝਗੜੇ ਘਟ ਹੋਣ ਤਾਂ ਫਿਰ ਕਿਤੇ ਨਾ ਕਿਤੇ ਪਿਆਰ ਬਰਕਰਾਰ ਵੀ ਰਹਿੰਦਾ ਹੈ ਤੇ ਆਪਸ ਵਿੱਚ ਖੁਸ਼ੀ ਰਹਿੰਦੇ ਨੇ ਇਹ ਕੋਈ ਗੁਲਾਮ ਜਾਂ ਜ਼ੋਰੂ ਨਹੀਂ ਹੈਗਾ ਇਹ ਸਗੋਂ ਆਪਸ ਵਿੱਚ ਤਾਲਮੇਲ ਬਣਾ ਕੇ ਘਰ ਨੂੰ ਸੁਖ ਤੇ ਸ਼ਾਂਤੀ ਤੇ ਸਵਰਗ ਬਣਾਉਂਦੇ ਨੇ ਫਿਰ ਆਓ ਜਾਣਦੇ ਹਾਂ ਇੱਕ ਨਾ ਰਿਸਰਚ ਮੈਂ ਤਾਬਿਕ ਆਇਆ ਵੀ ਜਿਨ੍ਹਾਂ ਦਾ ਨਾਮ ਏ ਤੋਂ ਜਾਂ ਐੜੇ ਤੋਂ ਪੈਂਦਾ ਹੈ ਸ਼ੁਰੂ ਹੁੰਦਾ ਉਹ ਮਨੁੱਖ ਹਮੇਸ਼ਾ ਸਭ ਦੀ ਦੇਖਭਾਲ ਕਰਨ ਵਾਲੇ ਹੁੰਦੇ ਨੇ ਉਹਨਾਂ ਦਾ ਸੁਭਾਅ ਵਤੀਰਾ ਹੀ ਹੁੰਦਾ ਹੈ ਉਹ ਕੋਈ ਗੁਲਾਮ ਨਹੀਂ ਹੁੰਦੇ ਇਹ ਲੋਕ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦੇ ਨੇ ਉਹ ਕਦੇ ਆਪਣੀ ਪਤਨੀ ਨੂੰ ਕਿਸੇ ਗੱਲ ਤੋਂ ਪਰੇਸ਼ਾਨ ਨਹੀਂ ਕਰਦੇ ਉਹ ਆਪਣੀ ਪਤਨੀ ਦੀਆਂ ਸਾਰੀਆਂ ਖੁਸ਼ੀਆਂ ਸਵੀਕਾਰ ਕਰਦੇ ਨੇ ਤੇ ਖੇੜੇ ਮੱਥੇ ਪਰਵਾਨ ਕਰਦੇ ਨੇ ਉਹ ਦੇਖਭਾਲ ਕਰਕੇ ਆਰਾਮ ਵਿਹਨਨ ਨੂੰ ਮਿਲਦੇ ਤੇ ਐਵੇਂ ਦੇ ਜੋ ਪਤਨੀ ਹੈ ਉਹ ਬੜੀ ਖੁਸ਼ਕਿਸਮਤ ਹੁੰਦੀ ਹੈ ਤੇ ਐਵੇਂ ਦੇ ਮਨੁੱਖ ਕਦੇ ਵੀ ਕਿਸੇ ਦੀ ਗੱਲਾਂ ਵਿੱਚ ਆ ਕੇ ਆਪਣਾ ਘਰ ਬਰਬਾਦ ਨਹੀਂ ਕਰਦੇ ਉਹ ਹਮੇਸ਼ਾ ਆਪਣੀ ਪਤਨੀ ਤੇ ਆਪਣੇ ਘਰ ਵਾਲਿਆਂ ਨੂੰ ਮੁੱਖ ਰੱਖਦੇ ਨੇ ਅਗਲਾ ਕਹਿੰਦੇ ਜਿਨ੍ਹਾਂ ਦਾ ਨਾਮ ਕੱਕੇ ਤੋਂ ਪੈਂਦਾ ਇਹ ਮਨੁੱਖ ਥੋੜੇ ਜਿਹੀ ਜਿੱਦੀ ਸੁਭਾਅ ਦੇ ਹੁੰਦੇ ਨੇ ਉਪਰ ਉਹ ਆਪਣੀ ਪਤਨੀ ਲਈ ਹਮੇਸ਼ਾ ਹਰ ਕੰਮ ਲਈ ਤਿਆਰ ਰਹਿੰਦੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਗੱਡੀ ਤੇ ਦੋ ਪਹੀਏ ਆ ਸੀ ਲੋਕ ਕਹਿੰਦੇ ਨੇ ਉਹ ਗੁਲਾਮ ਹੈ ਪਰ ਉਹ ਗੁਲਾਮ ਨਹੀਂ ਜੇਕਰ ਉਸਦੀ ਪਤਨੀ ਉਸ ਨੂੰ ਇੱਕ ਥਾਂ ਖੜੇ ਹੋਣ ਲਈ ਵੀ ਕਹੇ ਨਾ ਤੇ ਉਹ ਖੜਾ ਹੋ ਜਾਂਦਾ ਉਹ ਆਪਣੀ ਪਤਨੀ ਦੀ سپورਟ ਲਈ ਹਮੇਸ਼ਾ ਹਰ ਥਾਂ ਥੰਮ ਬਣ ਕੇ ਉਸ ਨਾਲ ਖੜਦਾ ਐਵੇਂ ਦੇ ਮਨੁੱਖ ਨੂੰ ਗੁੱਸਾ ਜ਼ਿਆਦਾ ਆਉਂਦਾ ਨਾ ਪਰ ਉਹਦੀ ਘਰ ਵਾਲੀ ਉਸ ਤੇ ਇਸ ਗੁੱਸੇ ਨੂੰ ਖਤਮ ਕਰਦੀ ਹੈ ਉਦੇ ਦੋਸਤ ਉਦੇ ਰਿਸ਼ਤੇਦਾਰ ਉਹਨੂੰ ਗੁਲਾਮ ਆਖਦੇ ਨੇ ਪਰ ਫਿਰ ਵੀ ਉਹਨੂੰ ਬੁਰਾ ਨਹੀਂ ਲੱਗਦਾ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਹੀ ਜੀਵਨ ਸਾਥੀ ਹੈ ਜੋ ਅੰਤ ਤੱਕ ਮੇਰੇ ਨਾਲ ਚੱਲੇਗੀ ਫਿਰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਮਨੁੱਖ ਦਾ ਨਾਮ ਨਾ ਰਾਰੇ ਤੋਂ ਪੈਂਦਾ ਐਵੇਂ ਦੇ ਮਨੁੱਖ ਆਪਣੀ ਪਤਨੀ ਦਾ ਹਮੇਸ਼ਾ ਧਿਆਨ ਰੱਖਣਾ ਚਾਹੁੰਦੇ ਨੇ ਤੇ ਹਮੇਸ਼ਾ ਨਾਲ ਰੱਖਣਾ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਕਿ ਉਸ ਦੀ ਪਤਨੀ ਕੋਈ ਵੀ ਐਸਾ ਕੰਮ ਕਰੇ ਜੋ ਉਹਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਉਹਨੂੰ ਕਮਜ਼ੋਰ ਕਰੇ ਉਹ ਭਾਵੇਂ ਦਫ਼ਤਰ ਕਿੰਨੇ ਵੀ ਥੱਕਾ ਕਿਉਣਾ ਆਇਆ ਹੋਵੇ ਪਰ ਹਮੇਸ਼ਾ ਆਪਣੀ ਪਤਨੀ ਨਾਲ ਹਰੇਕ ਕੰਮ ਵਿੱਚ ਹੈਲਪ ਕਰਦੇ ਨੇ ਉਹ ਆਪਣੀ ਪਤਨੀ ਦੀ ਖੁਸ਼ੀ ਲਈ ਹਰ ਕੰਮ ਕਰਨ ਨੂੰ ਤਿਆਰ ਹੁੰਦੇ ਨੇ ਤੇ ਉਹਨੂੰ ਹਮੇਸ਼ਾ ਖੁਸ਼ ਰੱਖਦੇ ਨੇ ਐਵੇਂ ਦੇ ਮਨੁੱਖ ਬੜੇ ਪਾਗਾਂ ਵਾਲੀ ਕੁੜੀ ਨੂੰ ਮਿਲਦੇ ਨੇ ਫਿਰ ਕਿਹਾ ਜਾਂਦਾ ਜਿਨ੍ਹਾਂ ਦਾ ਨਾਮ ਪੱਪੇ ਤੋਂ ਹੁੰਦਾ ਇਹਦੇ ਲੋਕ ਬੜੇ ਬੁੱਧੀਮਾਨ ਹੁੰਦੇ ਨੇ ਸਮਝਦਾਰ ਹੁੰਦੇ ਨੇ ਤੇ ਹਮੇਸ਼ਾ ਆਪਣੀ ਘਰਵਾਲੀ ਨੂੰ ਖੁਸ਼ ਰੱਖਦੇ ਨੇ ਨਾਲ ਹੀ ਆਪਣੇ ਵਿਆਹਤਾਂ ਜਿਹਨਾਂ ਜੀਵਨ ਦਾ ਆਨੰਦ ਵੀ ਮਾਣਦੇ ਨੇ ਉਹ ਆਪਣੀ ਘਰਵਾਲੀ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਧਿਆਨ ਰੱਖਦੇ ਨੇ ਜਿਸ ਕਾਰਨ ਉਹਦੇ ਵਿਆਹਤਾਂ ਜ਼ਿੰਦਗੀ ਹਮੇਸ਼ਾ ਪਟੜੀ ਤੇ ਰਹਿੰਦੀ ਹੈ ਆਪਾਂ ਨੂੰ ਹਮੇਸ਼ਾ ਇੱਕ ਦੂਜੇ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਨਜ਼ਰਅੰਦਾਜ਼ ਕਰਨੀਆਂ ਚਾਹੀਦੀਆਂ ਨੇ ਫਿਰ ਵੇਖਿਓ ਜ਼ਿੰਦਗੀ ਆਪੇ ਸਵਰਗ ਬਣ ਜਾਵੇਗੀ